ਸ਼੍ਰੀ ਅਨੰਦਪੁਰ ਸਾਹਿਬ ਜਿਹੜਾ ਲੋਕ ਸਭਾ ਹਲਕਾ ਉੱਥੇ ਹਰ ਘਰ ਘਰ 'ਚ ਜਾ ਕੇ ਅਸੀਂ ਲੋਕ ਸਭਾ ਦੀ ਵੋਟ ਮੰਗਾਂਗੇ ਔਰ ਸਾਨੂੰ ਪੂਰੀ ਉਮੀਦ ਹੈ ਕਿ ਲੋਕ ਸਾਨੂੰ ਸਹਿਯੋਗ ਵੀ ਕਰਨ। ਤੁਹਾਡੇ ਓਪੋਨੈਂਟਸ ਕੌਣ ਕੌਣ ਨੇ ਹਜੇ ਇਹ ਥੋੜ੍ਹੇ ਸਮੇਂ ਤੱਕ ਪਤਾ ਲੱਗੇਗਾ, ਪਰ ਕਿਵੇਂ ਦੀ ਫਾਈਟ ਦੇਖ ਰਹੇ? ਲੱਗਦਾ ਹੈ ਵੀ ਮਾਨ ਸਾਹਿਬ ਨੂੰ ਲੋਕ ਜਿਹੜਾ ਲੋਕ ਸਭਾ 'ਚ ਵੀ 13 ਦੀਆਂ 13 ਸੀਟਾਂ ਜਿਤਾਉਣਗੇ। ਸ਼੍ਰੀ ਅਨੰਦਪੁਰ ਸਾਹਿਬ ਵਾਲੇ ਲੋਕ ਜਿਹੜਾ ਆ ਮੈਨੂੰ ਜ਼ਰੂਰ ਮੌਕਾ ਦੇਣਗੇ ਲੋਕ ਸਭਾ 'ਚ ਜਾ ਕੇ ਮੈਂ ਨੁਮਾਇੰਦਗੀ ਕਰਾਂ। ਜਿਸ ਤਰੀਕੇ ਨਾਲ ਭਾਜਪਾ ਤਾਨਾਸ਼ਾਹੀ ਵੱਲ ਮੁਲਕ ਨੂੰ ਵਧਾ ਰਹੀ ਹੈ, ਲੋਕਤੰਤਰ ਦਾ ਕਾਣ ਕੀਤਾ ਜਾ ਰਿਹਾ, ਸੋ ਇਹ ਸਾਰੇ ਸਿਨੈਰੀਓ 'ਚ ਆਮ ਆਦਮੀ ਪਾਰਟੀ ਜਿਹੜੀ ਇੱਕ ਮਜ਼ਬੂਤ ਅਪੋਜੀਸ਼ਨ ਦਾ ਰੋਲ ਨਿਭਾ ਰਹੀ ਹੈ। ਇਸ ਤਰ੍ਹਾਂ ਦੇ ਨਾਲ ਭਾਜਪਾ 'ਚ ਲਗਾਤਾਰ ਦੂਜੀਆਂ ਪਾਰਟੀਆਂ ਦੇ ਲੀਡਰ ਸ਼ਾਮਿਲ ਹੋ ਰਹੇ ਨੇ, ਤੁਹਾਡੇ ਵੀ ਹਾਲ ਹੀ ਦੇ ਵਿੱਚ ਮੌਜੂਦਾ MP ਅਤੇ ਮੌਜੂਦਾ MLA ਉੱਧਰ ਚਲੇ ਗਏ। ਜੇ ਅਸੀਂ BJP ਜੁਆਇਨ ਕਰ ਲੈਂਦੇ ਫਿਰ ਤਾਂ ਅਸੀਂ ਦੁੱਧ ਤੁਫੇ ਹੋ ਜਾਣਾ। ਲੇਕਿਨ ਰਾਮਲੀਲਾ ਗਰਾਊਂਡ 'ਤੇ ਲੋਕਾਂ ਨੇ ਜਿਸ ਹੁੰਗਾਰਾ ਜਿਹੜਾ ਭਰਿਆ, ਆਮ ਆਦਮੀ ਪਾਰਟੀ 'ਤੇ ਮਜ਼ਬੂਤੀ ਨਾਲ ਹੋਰ ਅੱਗੇ ਵਧੀ ਹੈ। ਬਾਬੂ ਸ਼ਾਹੀ ਦੇਖ ਰਹੇ ਹੋ ਤੁਸੀਂ, ਲੋਕ ਸਭਾ ਚੋਣਾਂ ਜਿਹੜੀਆਂ ਨੇ ਉਹ ਹੋਣੀਆਂ ਨੇ ਅਤੇ ਉਹਦੀਆਂ ਤਿਆਰੀਆਂ ਆਲਰੇਡੀ ਚੱਲ ਰਹੀਆਂ ਨੇ। ਪੰਜਾਬ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਸਭ ਤੋਂ ਤੇਜ਼ੀ ਨਾਲ ਇਸ ਤਿਆਰੀਆਂ 'ਚ ਜੁਟੀ ਹੋਈ ਨਜ਼ਰ ਆ ਰਹੀ ਹੈ, ਕਿਉਂਕਿ ਕੈਂਡੀਡੇਟਸ ਦੀ ਵੀ ਗੱਲ ਕਰੀਏ ਤਾਂ ਸਭ ਤੋਂ ਵੱਧ ਕੈਂਡੀਡੇਟਸ ਆਮ ਆਦਮੀ ਪਾਰਟੀ ਵੱਲੋਂ ਹੁਣ ਤੱਕ ਅਨਾਊਂਸ ਕੀਤੇ ਗਏ ਨੇ। ਅਤੇ ਹਾਲ ਹੀ ਦੇ ਵਿੱਚ ਜਿਹੜੇ ਦੋ ਨਵੇਂ ਕੈਂਡੀਡੇਟਸ ਅਨਾਊਂਸ ਕੀਤੇ ਗਏ ਨੇ, ਉਹਨਾਂ ਵਿੱਚੋਂ ਅਨੰਦਪੁਰ ਸਾਹਿਬ ਸੀਟ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਨੇ ਜਿਹੜੇ ਮਾਲਵਿੰਦਰ ਸਿੰਘ ਕੰਗ, ਉਹਨਾਂ ਨੂੰ ਅਨਾਊਂਸ ਕੀਤਾ ਗਿਆ, ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਨਾਲ ਉਹ ਆਪਣੀ ਜਿਹੜੀ ਹੈਗੀ ਹੈ ਉਹ ਇਸ ਇਲੈਕਸ਼ਨ ਦੀ ਤਿਆਰੀ 'ਚ ਲੱਗੇ ਹੋਏ ਨੇ। ਕੰਗ ਸਾਹਿਬ, ਬੜੀ ਵੱਡੀ ਜ਼ਿੰਮੇਵਾਰੀ ਮਿਲੀ ਹੈ, ਪਹਿਲਾਂ ਵੀ ਤੁਹਾਨੂੰ ਪਾਰਟੀ ਦਾ ਚੀਫ ਸਪੋਕਸਪਰਸਨ ਜਿਹੜਾ ਸੀਗਾ ਲਾਇਆ ਗਿਆ ਸੀਗਾ, ਬੜੇ ਐਕਟਿਵ ਰਹਿੰਦੇ ਤੁਸੀਂ, ਉਦੋਂ ਵੀ ਵੱਡੀ ਜ਼ਿੰਮੇਵਾਰੀ ਸੀ, ਹੁਣ ਇੱਕ ਹੋਰ ਜਿਹੜਾ ਹੈਗਾ ਦੁਬਾਰਾ ਇਲੈਕਟੋਰਲ ਪੋਲੀਟਿਕਸ ਦੇ ਵਿੱਚ ਇੱਕ ਮੌਕਾ ਦਿੱਤਾ, ਕਿਵੇਂ ਵੇਖਦੇ ਹੋ? ਬਿਲਕੁਲ ਬਿਲਕੁਲ, ਪਾਰਟੀ ਨੇ ਬਹੁਤ ਵੱਡਾ ਭਰੋਸਾ ਜਿਤਾਇਆ। ਸਭ ਤੋਂ ਪਹਿਲਾਂ ਤਾਂ ਮੈਂ ਪਾਰਟੀ ਦੀ ਲੀਡਰਸ਼ਿਪ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਔਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਦਾ, ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਕਰਦਾ, ਸਾਰੀ ਲੀਡਰਸ਼ਿਪ ਦਾ ਧੰਨਵਾਦ ਹੈ ਕਿ ਇਸ ਅਹਿਮ ਜ਼ਿੰਮੇਵਾਰੀ ਇੱਕ ਆਮ ਸਧਾਰਨ ਪਾਰਟੀ ਦੇ ਵਰਕਰ ਨੂੰ ਉਹਨਾਂ ਨੇ ਦਿੱਤੀ ਹੈ। ਔਰ ਮੇਰੀ ਵੀ ਕੋਸ਼ਿਸ਼ ਰਹੂਗੀ ਪੂਰੀ ਤਨਦੇਹੀ ਨਾਲ ਇਸ ਜ਼ਿੰਮੇਵਾਰੀ ਨਿਭਾਵਾਂਗੇ। ਸ਼੍ਰੀ ਅਨੰਦਪੁਰ ਸਾਹਿਬ ਜਿਹੜਾ ਲੋਕ ਸਭਾ ਹਲਕਾ ਹੈ ਉੱਥੇ ਹਰ ਘਰ ਘਰ 'ਚ ਜਾ ਕੇ ਅਸੀਂ ਲੋਕ ਸਭਾ ਦੀ ਵੋਟ ਮੰਗਾਂਗੇ ਔਰ ਸਾਨੂੰ ਪੂਰੀ ਉਮੀਦ ਹੈ ਕਿ ਲੋਕ ਸਾਨੂੰ ਸਹਿਯੋਗ ਵੀ ਕਰਨਗੇ। ਅੱਛਾ, ਕਿਵੇਂ ਦੇਖਦੇ ਹੋ, ਹਾਲਾਂਕਿ ਜਿਹੜੀਆਂ ਤੁਹਾਡੀਆਂ ਜੇ ਆਪਾਂ ਵਿਰੋਧੀ ਪਾਰਟੀਆਂ ਦੀ ਗੱਲ ਕਰੀਏ ਹਜੇ ਤੱਕ ਤੁਹਾਡੇ ਓਪੋਨੈਂਟਸ ਕੌਣ ਕੌਣ ਨੇ ਹਜੇ ਇਹ ਥੋੜ੍ਹੇ ਸਮੇਂ ਤੱਕ ਪਤਾ ਲੱਗੇਗਾ, ਪਰ ਕਿਵੇਂ ਦੀ ਫਾਈਟ ਦੇਖ ਰਹੇ ਹੋ? ਦੇਖੋ, ਗੱਲ ਇਹ ਆ ਵੀ ਜਿਹੜੀਆਂ ਵਿਰੋਧੀ ਪਾਰਟੀਆਂ ਜਿੱਥੇ ਤੱਕ ਤੁਸੀਂ ਗੱਲ ਕਰੋ, ਇਹ ਲੋਕ ਪੰਜਾਬ ਨੇ ਪਰਖੇ ਹੋਏ ਆ, ਲਗਾਤਾਰ ਲੰਮੇ ਸਮੇਂ ਤੱਕ ਇਹਨਾਂ ਨੇ ਸੱਤਾ ਹੰਢਾਈ ਆ। ਮੈਨੂੰ ਲੱਗਦਾ ਹੈ ਵੀ ਜਿਸ ਤਰੀਕੇ ਨਾਲ 2 ਸਾਲ 'ਚ ਮਾਨ ਸਾਹਿਬ ਦੀ ਸਰਕਾਰ ਨੇ ਕੰਮ ਕੀਤਾ ਹੈ, ਲੋਕ ਹਿੱਤ ਵਾਸਤੇ ਫੈਸਲੇ ਲਏ ਆ, ਕਿਸਾਨਾਂ ਲਈ, ਨੌਜਵਾਨਾਂ ਲਈ, ਦੁਕਾਨਦਾਰ, ਸ਼ਹਿਰੀ ਭਾਈਚਾਰੇ ਲਈ, ਸੋ ਕਰਪਸ਼ਨ ਨੂੰ ਠੱਲ ਪਈ ਆ। ਸਾਨੂੰ ਲੱਗਦਾ ਹੈ ਵੀ ਮਾਨ ਸਾਹਿਬ ਨੂੰ ਲੋਕ ਜਿਹੜਾ ਲੋਕ ਸਭਾ 'ਚ ਵੀ 13 ਦੀਆਂ 13 ਸੀਟਾਂ ਜਿਤਾਉਣਗੇ। ਸ਼੍ਰੀ ਅਨੰਦਪੁਰ ਸਾਹਿਬ ਵਾਲੇ ਲੋਕ ਜਿਹੜਾ ਆ ਮੈਨੂੰ ਜ਼ਰੂਰ ਮੌਕਾ ਦੇਣਗੇ ਲੋਕ ਸਭਾ 'ਚ ਜਾ ਕੇ ਮੈਂ ਨੁਮਾਇੰਦਗੀ ਕਰਾਂ। ਔਰ ਅੱਜ ਜ਼ਰੂਰਤ ਵੀ ਹੈ ਕਿ ਜਿਸ ਤਰੀਕੇ ਨਾਲ ਭਾਜਪਾ ਤਾਨਾਸ਼ਾਹੀ ਵੱਲ ਮੁਲਕ ਨੂੰ ਵਧਾ ਰਹੀ ਹੈ, ਲੋਕਤੰਤਰ ਦਾ ਕਾਣ ਕੀਤਾ ਜਾ ਰਿਹਾ, ਸੋ ਇਹ ਸਾਰੇ ਸਿਨੈਰੀਓ 'ਚ ਆਮ ਆਦਮੀ ਪਾਰਟੀ ਜਿਹੜੀ ਇੱਕ ਮਜ਼ਬੂਤ ਅਪੋਜੀਸ਼ਨ ਦਾ ਰੋਲ ਨਿਭਾ ਰਹੀ ਹੈ
ਔਰ ਸਾਨੂੰ ਪੂਰੀ ਉਮੀਦ ਹੈ ਕਿ ਸਾਡੀਆਂ ਕਾਰ ਜਿਹੜੀ ਕਾਰਗੁਜ਼ਾਰੀ ਸਾਡੀ ਵੇ ਆਫ ਵਰਕਿੰਗ ਉਹਦੇ ਹਿਸਾਬ ਨਾਲ ਲੋਕ ਜਿਹੜਾ ਸਾਨੂੰ ਮੌਕਾ ਦੇਣਗੇ। ਜਿਸ ਤਰ੍ਹਾਂ ਦੇ ਨਾਲ ਭਾਜਪਾ 'ਚ ਲਗਾਤਾਰ ਦੂਜੀਆਂ ਪਾਰਟੀਆਂ ਦੇ ਲੀਡਰ ਸ਼ਾਮਿਲ ਹੋ ਰਹੇ ਨੇ, ਤੁਹਾਡੇ ਵੀ ਹਾਲ ਹੀ ਦੇ ਵਿੱਚ ਮੌਜੂਦਾ ਐੱਮ ਪੀ ਅਤੇ ਮੌਜੂਦਾ ਐੱਮ ਐੱਲ ਏ ਉੱਧਰ ਚਲੇ ਗਏ, ਉਸ ਤੋਂ ਬਾਅਦ ਐਲੀਗੇਸ਼ਨਸ ਇਹ ਲਾਏ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ 'ਚ ਬੜਾ ਇਸ ਤਰ੍ਹਾਂ ਦਾ ਸਿਸਟਮ ਸੀ, ਬੜਾ ਦਬਾਇਆ ਜਾਂਦਾ ਸੀ, ਸਕ੍ਰਿਪਟਡ ਹੁੰਦਾ ਸੀ, ਇਹ ਕੀਤਾ ਜਾਂਦਾ ਸੀ, ਕਾਫੀ ਤੁਸੀਂ ਗੱਲਾਂ ਸੁਣੀਆਂ ਹੋਣਗੀਆਂ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਚੱਲਦੇ ਬੀ ਜੇ ਪੀ ਦੀ ਲੀਡਰਸ਼ਿਪ ਕਹਿ ਰਹੀ ਹੈ ਕਿ ਇਹ ਕਰਪਟ ਲੀਡਰ ਸਾਰੇ ਇਕੱਠੇ ਹੋਏ ਨੇ, ਉਹ ਤੁਹਾਡੀ ਜਿਹੜੀ ਤੁਸੀਂ ਦਿੱਲੀ ਵੀ ਰੈਲੀ ਕੀਤੀ ਉਸ ਬਾਰੇ ਬੋਲਿਆ ਕਿ ਕਰਪਟ ਲੀਡਰਾਂ ਨੂੰ ਬਚਾਉਣ ਦੇ ਲਈ ਰੈਲੀ ਕਰ ਰਹੇ ਨੇ, ਇਹ ਸਾਰੀਆਂ ਚੀਜ਼ਾਂ ਨਾਲ ਡੈਂਟ ਕਿੰਨਾ ਕੁ ਪੈਂਦਾ ਨਜ਼ਰ ਆ ਰਿਹਾ ਤੁਹਾਨੂੰ? ਹਲੇ ਆ ਜੇ ਅਸੀਂ ਐਂ ਬੀ ਜੇ ਪੀ ਜੁਆਇਨ ਕਰ ਲੈਂਦੇ ਫਿਰ ਤਾਂ ਅਸੀਂ ਦੁੱਧ ਧੁੱਪੇ ਹੋ ਜਾਣਾ ਸੀ। ਸਾਡੇ ਲੀਡਰ ਸਾਹਿਬਾਨਾਂ ਨੇ ਬੀ ਜੇ ਪੀ ਦੇ ਅੱਗੇ ਝੁਕਣਾ ਠੀਕ ਨਹੀਂ ਸਮਝਿਆ, ਕਿਉਂਕਿ ਅਲਟੀਮੇਟਲੀ ਤਾਂ ਖਤਰਾ ਤਾਂ ਦੇਸ਼ ਦੀ ਲੋਕਸ਼ਾਹੀ 'ਤੇ ਮੰਡਰਾ ਰਿਹਾ ਹੈ, ਔਰ ਜਿਹੜੇ ਲੋਕ ਇਸ ਕਰੂਸ਼ੀਅਲ ਸਮੇਂ 'ਚ ਸੰਘਰਸ਼ ਕਰ ਰਹੇ, ਲੜਾਈ ਲੜ ਰਹੇ ਆ, ਅਸਲ 'ਚ ਉਹ ਦੇਸ਼ ਦਾ ਹਿੱਤ ਚਾਹੁੰਦੇ ਆ। ਜਿੱਥੋਂ ਤੱਕ ਆਹ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਇਲਜ਼ਾਮ, ਦੇਖੋ ਜੋ ਅੱਜ ਕੱਲ੍ਹ ਸੰਜੇ ਸਿੰਘ ਜੀ ਦੀ ਵੀ ਜ਼ਮਾਨਤ ਹੋ ਗਈ ਆ ਔਰ ਮਾਣਯੋਗ ਅਦਾਲਤ ਨੇ ਕਿਹਾ ਕੋਈ ਐਵੀਡੈਂਸ ਨਹੀਂ ਹੈ, ਅਰਵਿੰਦ ਜੀ ਨੂੰ ਵੀ ਜ਼ਰੂਰ ਇਹਨਾਂ ਨੇ ਅੰਦਰ ਧੱਕਤਾ, ਲੇਕਿਨ ਕੋਈ ਕੰਕ੍ਰੀਟ ਐਵੀਡੈਂਸ ਉਹਨਾਂ ਦੇ ਖਿਲਾਫ਼ ਹੀ ਨਹੀਂ ਹੈ, ਇੱਕ ਮਨ ਘੜਨਤ ਸਟੋਰੀ ਬਣਾ ਰੱਖੀ ਹੈ ਭਾਜਪਾ ਨੇ, ਔਰ ਮਕਸਦ ਇਹੀ ਆ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਆਮ ਆਦਮੀ ਪਾਰਟੀ ਨੂੰ ਬਾਹਰ ਕਰੀਏ। ਅੱਛਾ, ਇਹਨਾਂ ਨੂੰ ਲੱਗਦਾ ਸੀ ਵੀ ਅਰਵਿੰਦ ਜੀ ਨੂੰ ਅੰਦਰ ਕਰਨ ਤੋਂ ਬਾਅਦ ਇਹ ਪਾਰਟੀ ਟੁੱਟ ਜੂਗੀ ਜਾਂ ਬਿਖਰ ਜੂਗੀ, ਲੇਕਿਨ ਰਾਮਲੀਲਾ ਗਰਾਊਂਡ 'ਤੇ ਲੋਕਾਂ ਨੇ ਜਿਸ ਹੁੰਗਾਰਾ ਜਿਹੜਾ ਭਰਿਆ ਹੈ, ਆਮ ਆਦਮੀ ਪਾਰਟੀ ਤਾਂ ਮਜ਼ਬੂਤੀ ਨਾਲ ਹੋਰ ਅੱਗੇ ਵਧੀ ਹੈ, ਅਰਵਿੰਦ ਕੇਜਰੀਵਾਲ ਜੀ ਦੀ ਸੋਚ ਘਰ ਘਰ ਪਹੁੰਚੀ ਹੈ। ਸੋ ਸਾਨੂੰ ਲੱਗਦਾ ਹੈ ਵੀ ਪੰਜਾਬ ਦੇ ਲੋਕਾਂ ਨੇ ਤਾਂ ਹਮੇਸ਼ਾ ਹੀ ਦੇਸ਼ 'ਚ ਕ੍ਰਾਂਤੀ ਲਿਆਂਦੀ ਆ, ਦੇਸ਼ ਨੂੰ ਮੁਸ਼ਕਲ ਸਮੇਂ 'ਚੋਂ ਕੱਢਿਆ, ਅੱਜ ਵੀ ਦੇਸ਼ 'ਤੇ ਮੁਸੀਬਤ ਹੈ, ਪੰਜਾਬ ਦੇ ਲੋਕ ਪਹਿਲ ਕਰਨਗੇ ਆਮ ਆਦਮੀ ਪਾਰਟੀ ਦੇ ਰਾਹੀਂ। ਅੱਛਾ, ਅਰਵਿੰਦ ਕੇਜਰੀਵਾਲ ਦਾ ਨਾਂ ਹੋਣਾ ਤੁਹਾਡੀ ਜੇ ਹੁੰਦੇ ਤਾਂ ਕੈਂਪੇਨਿੰਗ 'ਚ ਵੀ ਆਉਂਦੇ, ਮੋਹਾਲੀ 'ਚ ਵੀ ਆਉਂਦੇ, ਕਿਉਂਕਿ ਅਕਸਰ ਆਉਂਦੇ ਰਹਿੰਦੇ ਨੇ, ਹੋਰ ਵੀ ਹਲਕਿਆਂ ਜਾਂਦੇ, ਉਹਦਾ ਕਿੰਨਾ ਕੁ ਨੁਕਸਾਨ ਲੱਗ ਰਿਹਾ ਵੀ ਹੋ ਸਕਦਾ? ਦੇਖੋ, ਅਰਵਿੰਦ ਕੇਜਰੀਵਾਲ ਜੀ ਨੂੰ ਬੇਸਿਕਲੀ ਅੰਦਰ ਭੇਜਣ ਦਾ ਮਨਸੂਬੇ ਤਾਂ ਇਹੀ ਸੀ ਇਹਨਾਂ ਦੇ ਭਾਜਪਾ ਦੇ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਡੀਮੋਰਲਾਈਜ਼ ਹੋ ਜੂਗੀ ਪਾਰਟੀ, ਅਗਲੀ ਲੀਡਰਸ਼ਿਪ, ਕਿਉਂਕਿ ਸੀਨੀਅਰ ਲੀਡਰਸ਼ਿਪ ਤਾਂ ਸਾਰੀ ਅੰਦਰ ਕਰਤੀ ਸੀ ਇਹਨਾਂ ਨੇ ਕਿ ਜਿਹੜੀ ਅਗਲੀ ਜਨਰੇਸ਼ਨ ਲੀਡਰਸ਼ਿਪ ਹੈ ਉਹ ਆਪਸ 'ਚ ਲੜਨ ਪੈਣਗੇ ਅਤੇ ਪਾਰਟੀ ਬਿਖਰ ਜੂਗੀ, ਲੇਕਿਨ ਹੋਇਆ ਉਲਟ। ਜਿਹੜੇ 7-0 ਨਾਲ ਭਾਜਪਾ ਦਿੱਲੀ 'ਚ ਜਿੱਤਣ ਦੀ ਦਾਅਵਾ ਕਰ ਰਹੀ ਸੀ, ਹੁਣ ਉਲਟਾ ਹੋ ਗਿਆ। ਹੁਣ ਅਰਵਿੰਦ ਕੇਜਰੀਵਾਲ ਜੀ ਨੂੰ ਅੰਦਰ ਧੱਕਣ ਤੋਂ ਬਾਅਦ ਬੀ ਜੇ ਪੀ 70 ਸੀਟਾਂ ਹਾਰ ਰਹੀ ਹੈ, ਸੋ ਆਮ ਆਦਮੀ ਪਾਰਟੀ ਔਰ ਕਾਂਗਰਸ ਮਿਲ ਕੇ ਜਿੱਤਣਗੇ। ਸੋ ਆਮ ਆਦਮੀ ਪਾਰਟੀ ਤਾਕਤ ਵੀ ਬਣ ਕੇ ਉੱਭਰੀ ਆ, ਔਰ ਅਰਵਿੰਦ ਕੇਜਰੀਵਾਲ ਜੀ ਇੱਕ ਬਹੁਤ ਮਜ਼ਬੂਤ, ਜਿਸ ਤਰੀਕੇ ਨਾਲ ਫਾਰੂਕ ਅਬਦੁੱਲਾ ਜੀ ਨੇ ਕੱਲ੍ਹ ਕਿਹਾ ਇੰਡੀਆ ਬਲੋਕ ਦੇ ਅਹਿਮ ਹਿੱਸਾ ਹੈ ਕਿ ਅਰਵਿੰਦ ਜੀ ਨੂੰ ਪ੍ਰਾਈਮ ਮਿਨਿਸਟਰ ਕੈਂਡੀਡੇਟ ਬਣਾ ਦੇਣਾ ਚਾਹੀਦਾ। ਮੇਰਾ ਕਹਿਣ ਤੋਂ ਭਾਵ ਹੈ ਕਿ ਇੱਕ ਮਜ਼ਬੂਤ ਤਾਕਤ ਦੇ ਰੂਪ 'ਚ, ਮਜ਼ਬੂਤ ਨੇਤਾ ਦੇ ਰੂਪ 'ਚ ਉੱਭਰੇ ਆ, ਜਿਹਦੀ ਇਸ ਦੇਸ਼ ਨੂੰ ਲੋੜ ਹੈ। ਅੱਛਾ, ਕੰਗ ਸਾਹਿਬ ਇੱਕ ਇਹ ਵੀ ਦੱਸੋ, ਪਾਰਲੀਮੈਂਟ ਦੀ ਆਪਾਂ ਗੱਲ ਕਰੀਏ, ਕਿਉਂਕਿ ਲੋਕ ਸਭਾ ਦੀਆਂ ਚੋਣਾਂ ਨੇ, ਤੁਹਾਡੀ ਪਾਰਟੀ ਕੋਲ ਇੱਕੋ ਇੱਕ ਸੀਟ ਸੀ ਸੰਗਰੂਰ ਦੀ, ਉਸ ਤੋਂ ਬਾਅਦ ਚਲੋ ਉਸ ਤੋਂ ਬਾਅਦ ਹੁਣ ਜਲੰਧਰ 'ਚ ਬਾਈ ਇਲੈਕਸ਼ਨ ਹੋਏ, ਉਦੋਂ ਤੁਹਾਡੇ ਕੋਲ ਉਹ ਸੀਟ ਚਲੋ ਆ ਗਈ, ਅਤੇ ਉੱਥੇ ਜਿਹੜੇ ਤੁਹਾਡੇ ਕੈਂਡੀਡੇਟ ਸੀਗੇ ਉਹ ਜਿੱਤੇ ਹੋਏ ਵੀ ਸੀ, ਉਹਨਾਂ ਨੂੰ ਮੁੜ ਤੋਂ ਕੈਂਡੀਡੇਟ ਵੀ ਐਲਾਨਿਆ ਗਿਆ, ਫਿਰ ਵੀ ਉਹ ਪਾਰਟੀ ਛੱਡ ਗਏ। ਲੋਕਾਂ 'ਚ ਸੁਨੇਹਾ ਜਿਹੜਾ ਜਾ ਰਿਹਾ ਵੀ ਕਿਤੇ ਨਾ ਕਿਤੇ ਸ਼ਾਇਦ ਕਮੀ ਹੋਣੀ, ਕਿਉਂਕਿ ਉਹਨਾਂ ਨੇ ਜਾ ਕੇ ਵੀ ਕਿਹਾ ਵੀ ਮੇਰੇ ਕੰਮ ਹੀ ਨਹੀਂ ਹੋ ਰਹੇ ਸੀਗੇ ਜਲੰਧਰ, ਮੈਂ ਬੇਸਿਕ ਕੰਮ ਹੀ ਨਹੀਂ ਕਰਵਾ ਪਾਇਆ। ਨਹੀਂ ਦੇਖੋ, ਗੱਲ ਇਹ ਆ
ਇੱਕ ਸੱਤਾਧਾਰੀ ਪਾਰਟੀ ਨੂੰ ਛੱਡ ਕੇ ਇੱਕ ਚੌਥੇ ਨੰਬਰ ਦੀ ਪਾਰਟੀ ਨੂੰ ਜਿਹੜਾ ਬੰਦਾ ਜੁਆਇਨ ਕਰ ਰਿਹਾ ਹੈ, ਭਾਜਪਾ ਜਲੰਧਰ ਚੌਥੇ ਥਾਂ 'ਤੇ ਰਹੀ ਸੀ, ਔਰ ਪੰਜਾਬ 'ਚ ਤਾਂ ਵੈਸੇ ਵੀ ਭਾਜਪਾ ਦੀ ਜਿਹੜੀ ਪੂਰੀ ਪੋਲੀਟਿਕਸ ਹੈ ਉਹਨੂੰ ਪੰਜਾਬ ਦੀ ਧਰਤੀ 'ਤੇ ਤਾਂ ਕੋਈ ਸਕੋਪ ਨਹੀਂ ਹੈ, ਉਹਨੂੰ ਜੁਆਇਨ ਕਰ ਲਿਆ ਦਾ ਮਤਲਬ ਤਾਂ ਸਪੱਸ਼ਟ ਹੈ ਕਿ ਕੋਈ ਨਾ ਕੋਈ ਲਾਲਚ 'ਚ ਵੱਡਾ ਉਹਨਾਂ ਨੂੰ ਔਫਰ ਕੀਤਾ ਗਿਆ ਹੈ ਜਾਂ ਡਰਾਇਆ ਧਮਕਾਇਆ ਗਿਆ ਕਿਸੇ ਤਰੀਕੇ ਨਾਲ। ਅਦਰਵਾਈਜ਼ ਕੋਈ ਵੀ ਬੰਦਾ ਆ, ਆਮ ਆਦਮੀ ਪਾਰਟੀ ਜਿੰਨੇ ਲਗਾਤਾਰ ਅਗਲੇ ਸਾਲਾਂ 'ਚ ਸੱਤਾ 'ਚ ਰਹਿਣਾ ਹੈ, ਔਰ ਇਹ ਵੀ ਸਾਰਿਆਂ ਨੂੰ ਪਤਾ ਹੈ ਕਿ BJP ਦਾ ਤਾਂ ਕੋਈ ਪੰਜਾਬ 'ਚ ਸਕੋਪ ਹੈ ਨਹੀਂ, ਅਤੇ ਫਿਰ ਵੀ ਜੁਆਇਨ ਕਰ ਰਿਹਾ, ਇਹਦੇ ਪਿੱਛੇ ਤਾਂ ਇਹੀ ਆ। ਲੇਕਿਨ ਮੈਨੂੰ ਲੱਗਦਾ ਵੀ ਜਿਸ ਤਰੀਕੇ ਨਾਲ ਉਹਨਾਂ ਨੇ ਜਲੰਧਰ ਦੇ ਲੋਕਾਂ ਨਾਲ ਗੱਦਾਰੀ ਕੀਤੀ ਹੈ ਜਾਂ ਆਮ ਆਦਮੀ ਪਾਰਟੀ ਜਾਂ ਪੰਜਾਬ ਦੇ, ਸੋ ਪੰਜਾਬ ਦਾ ਜਿਹੜਾ ਰਿਐਕਸ਼ਨ ਹੈ ਉਹ ਜਿਹੜਾ ਗੱਦਾਰੀ ਕਰਨ ਵਾਲਿਆਂ ਦੇ ਪ੍ਰਤੀ ਤਾਂ ਬੜਾ ਮਤਲਬ ਸਪੱਸ਼ਟ ਹੈ, ਉਹ ਤਾਂ ਸਬਕ ਸਿਖਾਉਂਦੇ ਆ। ਸੋ ਇਹਨਾਂ ਦੇ ਰਿਜ਼ਲਟ ਵੀ ਦੇਖੋ ਇਸ ਤਰ੍ਹਾਂ ਹੀ ਰਹਿਣਗੇ, ਲੋਕਾਂ ਨੇ ਇਹਨਾਂ ਨੂੰ ਸਬਕ ਸਿਖਾਉਣਾ। ਅਨੰਦਪੁਰ ਸਾਹਿਬ ਦੀ ਸੀਟ ਨੂੰ ਤੁਸੀਂ ਹੋਰਾਂ ਜਿਹੜੀਆਂ 12 ਸੀਟਾਂ ਨੇ ਪੰਜਾਬ 'ਚ ਉਹਨਾਂ ਨਾਲੋਂ ਵੱਖ ਕਿਵੇਂ ਦੇਖਦੇ ਹੋ, ਕੀ ਚੈਲੇਂਜਸ ਮੰਨਦੇ ਹੋ ਇੱਥੇ? ਦੇਖੋ ਗੱਲ ਇਹ ਆ, ਅਸੀਂ ਤਾਂ ਮਾਨ ਸਾਹਿਬ ਦੀ ਅਗਵਾਈ 'ਚ 13 ਸੀਟਾਂ ਹੀ ਜਿੱਤਣੀਆਂ ਔਰ ਦੇਖਿਓ ਤੁਹਾਡੇ ਸਾਹਮਣੇ ਆ, ਕਿਉਂਕਿ ਪੂਰੇ ਸਟੇਟ 'ਚ ਇੱਕ ਪ੍ਰੋ ਪੀਪਲ ਏਜੰਡਾ ਮਾਨ ਸਾਹਿਬ ਦੀ ਸਰਕਾਰ ਨੇ ਇਸਟੈਬਲਿਸ਼ ਕੀਤਾ, ਲਾਗੂ ਕੀਤਾ। ਸੋ ਸ਼੍ਰੀ ਅਨੰਦਪੁਰ ਸਾਹਿਬ ਅਤੇ ਮੇਰੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਮੈਨੂੰ ਪਾਰਟੀ ਨੇ ਇੱਥੇ ਮੌਕਾ ਦਿੱਤਾ, ਔਰ ਇਹ ਬਹੁਤ ਮਹਾਨ ਧਰਤੀ ਹੈ, ਜਨਮ ਖਾਲਸੇ ਦੀ ਜਨਮ ਭੂਮੀ ਹੈ, ਬਰਥ ਪਲੇਸ ਆਫ ਖਾਲਸਾ ਹੈ। ਅਤੇ ਸਭ ਤੋਂ ਵੱਡੀ ਗੱਲ, 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਖਾਲਸਾ ਸਜਾਇਆ ਸੀ ਸ਼੍ਰੀ ਅਨੰਦਪੁਰ ਸਾਹਿਬ, ਉਦੋਂ ਜਿਹੜੀ ਧਾਰਮਿਕ ਜਿਹੜੀ ਸਮਾਜਿਕ ਊਂਚ ਨੀਚ ਸੀ, ਜਿਹੜੇ ਲੋਕਾਂ 'ਚ ਦਬੇ ਕੁਚਲੇ ਲੋਕ ਸੀ, ਉਹਨਾਂ ਨੂੰ ਖਾਲਸਾ ਸਜਾਇਆ ਸੀ। ਤੋ ਸਾਂਝੀਵਾਲਤਾ ਦਾ ਸੁਨੇਹਾ, ਸਰਬੱਤ ਦੇ ਭਲੇ ਦਾ ਸੁਨੇਹਾ ਗੁਰੂ ਸਾਹਿਬ ਨੇ ਇੱਥੋਂ ਦਿੱਤਾ ਹੈ, ਅਤੇ ਆਪਣੇ ਆਪ ਬਹੁਤ ਵੱਡਾ ਸਿਧਾਂਤ ਹੈ ਜਿਹਦੀ ਇਸ ਮੁਲਕ ਨੂੰ ਲੋੜ ਹੈ। ਪੰਜਾਬ ਦੀ ਧਰਤੀ ਦਾ ਜਿਹੜਾ ਪ੍ਰਿੰਸੀਪਲ ਹੈ ਗੁਰੂ ਸਾਹਿਬਾਨਾਂ ਦਾ, ਉਸ ਪ੍ਰਿੰਸੀਪਲ ਦੀ ਇਸ ਦੇਸ਼ ਨੂੰ ਲੋੜ ਹੈ, ਭਾਈਚਾਰਕ ਸਾਂਝ ਦੀ ਲੋੜ ਹੈ, ਔਰ ਡੈਫੀਨੇਟਲੀ ਅਨੰਦਪੁਰ ਸਾਹਿਬ ਦੇ ਲੋਕ ਜਿਹੜੇ ਆ ਉਹ ਆਮ ਆਦਮੀ ਪਾਰਟੀ ਨੂੰ ਔਰ ਸਾਨੂੰ ਜਿਹੜਾ ਹੈ ਮੌਕਾ ਦੇਣਗੇ। ਕਿਸ ਤਰ੍ਹਾਂ ਦੇ ਨਾਲ ਪ੍ਰਚਾਰ ਕਰੋਗੇ, ਕੀ ਵੱਖ ਰਹਿਣ ਵਾਲਾ, ਕੀ ਲੱਗਦਾ ਕਿ ਕਿਸ ਤਰ੍ਹਾਂ ਦੇ ਨਾਲ ਲੋਕਾਂ 'ਚ ਅਪਰੋਚ ਕੀਤਾ ਜਾਵੇ ਜੋ ਤੁਹਾਨੂੰ ਲੱਗਦਾ ਵੀ ਹੋਰ ਨਾ ਕਰ ਸਕਣ, ਤੁਸੀਂ ਕਰ ਸਕਦੇ ਹੋ? ਨਹੀਂ ਦੇਖੋ, ਆਮ ਆਦਮੀ ਪਾਰਟੀ ਦੀ ਤਾਕਤ ਹੈ, ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਸਹਿਬਾਨ ਹੈ, ਪਾਰਟੀ ਦਾ ਕਾਡਰ ਹੈ, ਪਾਰਟੀ ਦੇ MLA ਸਹਿਬਾਨ ਹੈ, ਪਾਰਟੀ ਦੀ ਪੂਰੀ ਜਥੇਬੰਦੀ ਹੈ। ਹੁਣ ਵੈਸੇ ਤਾਂ ਅਸੀਂ, ਮੈਂ ਤਾਂ ਲਗਾਤਾਰ ਹੀ ਰਾਬਤੇ 'ਚ ਹਾਂ ਕਿਉਂਕਿ ਬਿਕੋਜ਼ ਮੈਂ ਲੋਕ ਸਭਾ ਇੰਚਾਰਜ ਵੀ ਸੀ 2 ਸਾਲ ਤੋਂ, ਲੇਕਿਨ ਹੁਣ ਜਿਹੜਾ ਜਿਹਨੂੰ ਕਹਿ ਲਓ ਵੀ ਫੋਰਮਲੀ ਵਿਧੀਵਿਧ ਰੂਪ ਤੋਂ ਆਉਣ ਵਾਲੇ ਦਿਨਾਂ 'ਚ ਪਾਰਟੀ ਦੀ ਕੰਪੇਨ ਸ਼ੁਰੂ ਕਰਾਂਗੇ ਆਪਣੇ ਸਾਰੇ MLA ਸਹਿਬਾਨਾਂ ਦੇ ਨਾਲ, ਆਪਣੇ ਸਾਰੇ ਪਾਰਟੀ ਦੇ ਵਲੰਟੀਅਰ ਵਰਕਰ ਸਹਿਬਾਨਾਂ ਦੇ ਨਾਲ, ਔਰ ਘਰ ਘਰ ਕੁੰਡੀ ਖੜਕਾਵਾਂਗੇ ਜਾ ਕੇ, ਹਰੇਕ ਹਰੇਕ ਜਿਹੜਾ ਵਸ਼ਿੰਦਾ ਆ ਸ਼੍ਰੀ ਅਨੰਦਪੁਰ ਸਾਹਿਬ ਦਾ ਉਹਨੂੰ ਬੇਨਤੀ ਅਪੀਲ ਕਰਾਂਗੇ, ਔਰ ਸਾਨੂੰ ਉਮੀਦ ਹੈ ਕਿਉਂਕਿ ਦੇਖੋ ਅਸੀਂ ਜਿਹੜੀ ਰਾਜਨੀਤੀ ਆਮ ਆਦਮੀ ਪਾਰਟੀ, ਅਸੀਂ ਸਧਾਰਨ ਆਮ ਪਰਿਵਾਰਾਂ ਦੇ ਲੋਕ ਹੈ, ਸਾਡਾ ਮਕਸਦ ਕੋਈ ਰਿਵਾਇਤੀ ਪਾਰਟੀਆਂ ਵੱਲੋਂ ਵਾਂਗੂ ਇੰਪਾਇਰ ਖੜ੍ਹੇ ਕਰਨਾ ਨਹੀਂ ਹੈ, ਅਸੀਂ ਆਪਣੇ ਸਟੇਟ ਦੀ ਬਿਹਤਰੀ ਚਾਹੁੰਦੇ ਹਾਂ, ਆਪਣੇ ਮੁਲਕ ਦੀ ਬਿਹਤਰੀ ਚਾਹੁੰਦੇ ਹਾਂ। ਤੋ ਉਸੇ ਕਿਉਂਕਿ ਮਾਨ ਸਾਹਿਬ ਵੀ ਜਦੋਂ ਰਾਜਨੀਤੀ 'ਚ ਆਏ ਤਾਂ ਆਪਣਾ ਬਣਿਆ ਬਣਿਆ ਕੈਰੀਅਰ ਛੱਡ ਕੇ ਆਏ ਸੀ, ਸੋ ਸਾਨੂੰ ਪੂਰੀ ਉਮੀਦ ਹੈ ਕਿ ਲੋਕ ਜਿਹੜਾ ਆ ਸਾਨੂੰ ਸਾਡੇ ਇਸ ਏਜੰਡੇ ਲਈ ਸਹਿਯੋਗ ਕਰਨ। ਆਖਰੀ ਸਵਾਲ ਜੀ, ਇਸ਼ੂਜ਼ ਕੀ ਦੇਖਦੇ ਹੋ, ਤੁਹਾਨੂੰ ਮੌਕਾ ਮਿਲਦਾ ਪਾਰਲੀਮੈਂਟ ਤੁਹਾਨੂੰ ਜਾਣ ਦਾ ਮੌਕਾ ਮਿਲੂਗਾ, ਇਸ ਹਲਕੇ ਦੀਆਂ
ਕਿਹੜੀਆਂ ਕਿਹੜੀਆਂ ਮੰਗਾਂ ਤੁਸੀਂ ਉੱਥੇ ਸੈਂਟਰ ਸਰਕਾਰ ਅੱਗੇ ਰੱਖਿਆ ਕਰੋਗੇ ਜੀ ਤੁਹਾਨੂੰ ਲੱਗੂ, ਜਿਹੜਾ ਹੁਣ ਤੱਕ ਕੰਮ ਨਹੀਂ ਹੋ ਪਾਇਆ? ਕਿਉਂਕਿ ਅਨੰਦਪੁਰ ਸਾਹਿਬ ਸ਼ਹਿਰ ਦੀ ਗੱਲ ਕਰੀਏ, ਬੜੀ ਪਵਿੱਤਰ ਧਰਤੀ ਹੈ, ਮੋਹਾਲੀ ਬੜਾ ਇੰਪੋਰਟੈਂਟ ਸ਼ਹਿਰ ਹੈ, ਅਤੇ ਹੋਰ ਵੀ ਜਿਹੜੇ ਇਹਦੇ ਵਿੱਚ ਹਲਕੇ ਆ ਜਾਂਦੇ ਨੇ, ਸ਼ਹਿਰ ਆ ਜਾਂਦੇ ਨੇ, ਪਹਿਲ ਦੇ ਆਧਾਰ 'ਤੇ ਤੁਹਾਨੂੰ ਕੀ ਲੱਗਦਾ ਵੀ ਇਹ ਕੰਮ ਮੈਨੂੰ ਮੌਕਾ ਮਿਲਿਆ ਜ਼ਰੂਰ ਕਰਾਵਾਂਗੇ? ਦੇਖੋ, ਗੱਲ ਇਹ ਆ ਵੀ ਡਿਵੈਲਪਮੈਂਟ ਤਾਂ ਕੰਟੀਨਿਊ ਪ੍ਰੋਸੈਸ ਹੈ, ਲੇਕਿਨ ਹਰੇਕ ਏਰੀਏ ਦੀਆਂ ਕੁਛ ਖਾਸ ਉਹਨਾਂ ਦਾ ਟੈਲੈਂਟ ਹੁੰਦਾ ਜਾਂ ਖਾਸੀਅਤ ਹੁੰਦੀ ਆ। ਇੱਥੇ ਅਸੀਂ ਦੇਖਦੇ ਹਾਂ ਕਿ ਟੂਰਿਜ਼ਮ ਦਾ ਬਹੁਤ ਸਕੋਪ ਹੈ, ਫਿਰ ਸਪੋਰਟਸ ਦਾ, ਕਿਉਂਕਿ ਗੜਸ਼ੰਕਰ ਵੀ ਇਹਦੇ 'ਚ ਮਾਲਪੁਰ ਤੋਂ ਲੈ ਕੇ ਬਲਾਚੌਰ ਏਰੀਏ 'ਚ ਵਾਲੀਬਾਲ, ਵਾਟਰ ਸਪੋਰਟਸ ਰੋਪੜ 'ਚ ਬੜਾ ਸਕੋਪ ਹੈ। ਉਹਦੇ ਲਈ ਕੋਈ ਸਪੋਰਟਸ ਅਕੈਡਮੀ ਜਾਂ ਉਸ ਤਰੀਕੇ ਦਾ ਇਨਫਰਾਸਟ੍ਰਕਚਰ ਨਹੀਂ ਹੈ, ਨਾਲ ਨਾਲ ਪੁਆਧ ਦੇ ਏਰੀਏ 'ਚ ਇਰੀਗੇਸ਼ਨ ਵਾਟਰ ਦਾ ਕੋਈ ਪ੍ਰਬੰਧ ਨਹੀਂ ਹੈ, ਨਾਲ ਨਾਲ ਰੋਡ ਕਨੈਕਟੀਵਿਟੀ ਬੰਗੇ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ 4 ਲੈਨ ਹੋਣ ਦੀ ਲੋੜ ਹੈ। ਸੋ ਇਸ ਤਰ੍ਹਾਂ ਬਾਕੀ ਸਮੇਂ ਸਮੇਂ 'ਤੇ ਲੋਕਾਂ ਦੇ ਨਵੇਂ ਨਵੇਂ ਇਸ਼ੂਜ਼ ਹੁੰਦੇ ਆ। ਮੈਂ ਤਾਂ ਇੰਨਾ ਇਨਸ਼ੋਰ ਕਰਦਾ ਕਿ ਮੈਂ ਬੜੀ ਬੇਵਾਕੀ ਨਾਲ ਲੋਕ ਹਿੱਤ ਵਾਸਤੇ ਆਵਾਜ਼ ਪਹਿਲਾਂ ਵੀ ਚੁੱਕਦਾ ਰਿਹਾ ਵਿਦਿਆਰਥੀ ਜੀਵਨ ਤੋਂ, ਔਰ ਜੇ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕ ਸਾਨੂੰ ਮੈਨੂੰ ਮੌਕਾ ਦੇਣਗੇ ਲੋਕ ਸਭਾ 'ਚ ਜਾਣ ਦਾ, ਜਿਹਦੀ ਸਾਨੂੰ ਪੂਰੀ ਉਮੀਦ ਹੈ, ਫਿਰ ਅਸੀਂ ਪੂਰੇ ਡਟ ਕੇ ਪੰਜਾਬ ਦੀ ਆਵਾਜ਼ ਬਣਾਂਗੇ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ। ਸੋ ਗੱਲ ਕਰ ਰਹੇ ਸੀ ਮਾਲਵਿੰਦਰ ਸਿੰਘ ਕੰਗ ਦੇ ਨਾਲ, ਇਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਨਾਲ ਉਹ ਤਿਆਰੀਆਂ ਕਰ ਰਹੇ ਨੇ ਅਤੇ ਕਿਹੜੇ ਕਿਹੜੇ ਇਸ਼ੂਜ਼ ਨੇ ਲੋਕਾਂ ਦੇ ਜਿਹੜੇ ਉਹਨਾਂ ਦੇ ਧਿਆਨ 'ਚ ਨੇ, ਅਤੇ ਕਿਵੇਂ ਉਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਅਗਵਾਈ ਦੇ ਵਿੱਚ ਇਸ ਚੋਣ ਮੈਦਾਨ 'ਚ ਉਤਰਨ ਜਾ ਰਹੇ ਨੇ। ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਜ਼।